ਪੂਰੇ ਪੰਜਾਬ ਦੇ ਵਿੱਚ ਅੱਜ ਵੋਟਾਂ ਪੈ ਰਹੀਆਂ ਨੇ, ਪਰ ਇਹ ਤਸਵੀਰਾਂ ਉਸ ਪਿੰਡ ਦੀਆਂ ਨੇ ਜਿਸ ਪਿੰਡ ਵਿੱਚ ਸਵੇਰ ਦੀ ਇੱਕ ਵੀ ਵੋਟ ਨਹੀਂ ਪਈ ਹੈ। ਕਾਰਨ ਕਿ ਪਿੰਡ ਵਾਲਿਆਂ ਵੱਲੋਂ ਬਾਈਕਾਟ ਕੀਤਾ ਗਿਆ ਹੈ, ਕਿਉਂਕਿ ਵੋਟਾਂ ਤੋਂ ਕੁਝ ਘੰਟੇ ਪਹਿਲਾਂ ਹੀ ਇਸ ਪਿੰਡ ਦੇ ਵਿੱਚ ਇੱਕ ਆਪ ਵਰਕਰ ਦਾ ਬੇਰਹਿਮੀ ਨਾਲ ਕਤਲ ਕਰ ਦਿੱਤਾ ਗਿਆ। ਹਵੇਲੀ 'ਚ ਬੈਠੇ ਦੇ ਉੱਤੇ ਅੰਨੇਵਾਹ ਗੋਲੀਆਂ ਚਲਾ ਦਿੱਤੀਆਂ ਗਈਆਂ, ਜਿਸ ਤੋਂ ਇਹ ਪਿੰਡ ਵਾਸੀ ਨਾਰਾਜ਼ ਨੇ। ਸੋ ਇੱਥੇ ਆਪ ਵਰਕਰ ਦੇ ਕਤਲ ਤੋਂ ਬਾਅਦ ਵੋਟਾਂ ਤੇ ਸਿੱਧਾ ਅਸਰ ਪੈ ਰਿਹਾ ਹੈ ਕਿ ਹੁਣ ਪਿੰਡ ਵਾਲੇ ਵੋਟ ਪਾਉਣ ਤੋਂ ਮਨਾ ਕਰ ਰਹੇ ਨੇ। ਚੋਣਾਂ ਦਾ ਮੁਕੰਮਲ ਤੌਰ ਤੇ ਪਿੰਡ ਵਾਸੀਆਂ ਦੇ ਵੱਲੋਂ ਬਾਈਕਾਟ ਕਰ ਦਿੱਤਾ ਗਿਆ ਹੈ। ਦੱਸਦੇ ਕਿ ਵੋਟਿੰਗ ਤੋਂ ਕੁਝ ਘੰਟੇ ਪਹਿਲਾਂ ਹੀ ਅਜਨਾਲਾ ਦੇ ਪਿੰਡ ਲੱਖੂਵਾਲ ਦੇ ਵਿੱਚ ਕੁਝ ਅਣਪਛਾਤੇ ਹਮਲਾਵਰਾਂ ਨੇ, ਜੋ ਮੋਟਰਸਾਈਕਲ ਤੇ ਸਵਾਰ ਹੋ ਕੇ ਆਏ ਸਨ, ਇੱਕ ਆਪ ਵਰਕਰ ਦੀਪਿੰਦਰ ਸਿੰਘ ਲੱਖੂਵਾਲੀਆ ਦਾ ਬੇਰਹਿਮੀ ਨਾਲ ਕਤਲ ਕਰ ਦਿੱਤਾ। ਉਸਦੇ ਦੋ ਸਾਥੀ ਵੀ ਬੁਰੀ ਤਰ੍ਹਾਂ ਜ਼ਖਮੀ ਹੋਏ, ਜਿਨ੍ਹਾਂ ਨੂੰ ਗੋਲੀਆਂ ਲੱਗੀਆਂ ਸੀ, ਹਸਪਤਾਲ 'ਚ ਜ਼ੇਰੇ ਇਲਾਜ ਨੇ। ਪਿੰਡ ਵਿੱਚ ਐਸੀ ਵਾਰਦਾਤ ਨੂੰ ਦੇਖਦਿਆਂ ਹੋਇਆਂ ਪਿੰਡ ਵਾਸੀਆਂ ਦੇ ਵੱਲੋਂ ਇੱਥੇ ਰੋਸ ਜ਼ਾਹਰ ਕੀਤਾ ਗਿਆ ਹੈ। ਉਹਨਾਂ ਦਾ ਕਹਿਣਾ ਹੈ ਕਿ ਵੋਟਾਂ ਦੇ ਨੇੜੇ ਜਿੱਥੇ ਸਖਤ ਸੁਰੱਖਿਆ ਹੁੰਦੀ ਹੈ ਤੇ ਇਸ ਵਿਚਾਲੇ ਅਜਿਹਾ ਹੋ ਜਾਣਾ ਕਿ ਪਿੰਡ ਦੇ ਵਿੱਚ ਵੜ ਕੇ ਹੀ ਪਿੰਡ ਦੇ ਹੀ ਇੱਕ ਨੌਜਵਾਨ ਦਾ ਕਤਲ ਕਰ ਦੇਣਾ ਸ਼ਰਮਨਾਕ ਹੈ, ਜਿਸ ਲਈ ਉਹ ਚੋਣਾਂ ਦਾ ਬਾਈਕਾਟ ਕਰ ਰਹੇ ਨੇ ਅਤੇ ਉਹਨਾਂ ਨੇ ਵੋਟ ਪਾਉਣ ਤੋਂ ਇਨਕਾਰ ਕਰ ਦਿੱਤਾ ਹੈ। ਮੈਂ ਜੀ ਸਰਪੰਚ ਲੱਖੂਵਾਲ ਜਗਤਾਰ ਸਿੰਘ ਹਾਂ ਤੇ ਮੈਂ ਆਹੀ ਫੈਸਲਾ ਲਿਆ ਵੀ ਅਸੀਂ ਸਾਰੇ ਇਹਦਾ ਬਾਈਕਾਟ ਕਰਾਂਗੇ। ਸਾਡਾ ਭਤੀਜਾ ਲੱਗਦਾ ਸੀ ਤੇ ਇਹਨੂੰ ਅੰਨੇਵਾਹ ਗੋਲੀਆਂ ਮਾਰ ਕੇ ਇਹਦੀ ਡੈਥ ਇਹ ਦੀ ਸਾਨੂੰ ਕਾਰਨ ਦਾ ਨਹੀਂ ਪਤਾ ਲੱਗਾ ਕੀ ਕਾਰਨ। ਦੋ ਬੰਦੇ ਮੋਟਰਸਾਈਕਲ ਤੇ ਆਏ ਨੇ ਤੇ ਉਹਨਾਂ ਨੇ ਆਣ ਕੇ ਤੇ ਅੰਨੇਵਾਹ ਗੋਲੀਆਂ ਚਲਾ ਕੇ ਇਹਦੀ ਡੈਥ ਕਰਤੀ ਆ ਤੇ ਅਸੀਂ ਹੁਣ ਇਹ ਫੈਸਲਾ ਪਿੰਡ ਵੱਲੋਂ ਸਾਰੇ ਪਿੰਡ ਨੇ ਸਾਰੀਆਂ ਪਾਰਟੀਆਂ ਨੇ ਇਹ ਫੈਸਲਾ ਲਿਆ ਵੀ ਅਸੀਂ ਕੋਈ ਆਪਣਾ ਵੋਟ ਨਹੀਂ ਪਾਵਾਂਗੇ। ਇੱਕ ਵੋਟ ਨਹੀਂ ਪੋਲਿੰਗ ਹੁੰਦੀ, ਵੋਟ ਪੋਲਿੰਗ 7 ਵਜੇ ਸ਼ੁਰੂ ਹੋਣੀ ਹੈ, 6 ਵਜੇ ਉਹਨਾਂ ਕੋਲ ਚੱਲ ਕੇ ਵੀ ਆਪਾਂ ਕਿਸੇ ਵੋਟ ਨਹੀਂ ਪਾਉਣੀ। ਹਾਂਜੀ ਇੱਕ ਵੋਟ ਦਾ ਅਨਾਉਂਸਮੈਂਟ ਕਰਾਈ। ਹਾਂਜੀ ਗੁਰਦੁਆਰਾ ਸਾਹਿਬ ਵੀ ਅਨਾਉਂਸਮੈਂਟ ਕਰਾਈ ਹੈ ਵੀ ਅਸੀਂ ਕੋਈ ਵੋਟ ਪਾਉਣ ਨਾ ਆਵੇ। ਮੰਗ ਕੀ ਸਰਕਾਰ ਕੋਈ ਇਹੋ ਮੰਗ ਕਰਦੇ ਵੀ ਸਾਨੂੰ ਇਹ ਕਾਤਲ ਲੱਭਣਾ ਚਾਹੀਦਾ ਤੇ ਛੇਤੀ ਤੋਂ ਛੇਤੀ ਕਾਤਲ ਲੱਭਣਾ ਚਾਹੀਦਾ ਤੇ ਉਹਨੂੰ ਸਖਤ ਤੋਂ ਸਖਤ ਸਜ਼ਾ ਮਿਲਣੀ ਚਾਹੀਦੀ। ਪੂਰੇ ਪੰਜਾਬ ਦੇ ਵਿੱਚ ਅੱਜ ਵੋਟਾਂ ਪੈ ਰਹੀਆਂ ਨੇ, ਪਰ ਇਹ ਤਸਵੀਰਾਂ ਉਸ ਪਿੰਡ ਦੀਆਂ ਨੇ ਜਿਸ ਪਿੰਡ ਵਿੱਚ ਸਵੇਰ ਦੀ ਇੱਕ ਵੀ ਵੋਟ ਨਹੀਂ ਪਈ ਹੈ। ਕਾਰਨ ਕਿ ਪਿੰਡ ਵਾਲਿਆਂ ਵੱਲੋਂ ਬਾਈਕਾਟ ਕੀਤਾ ਗਿਆ ਹੈ, ਕਿਉਂਕਿ ਵੋਟਾਂ ਤੋਂ ਕੁਝ ਘੰਟੇ ਪਹਿਲਾਂ ਹੀ ਇਸ ਪਿੰਡ ਦੇ ਵਿੱਚ ਇੱਕ ਆਪ ਵਰਕਰ ਦਾ ਬੇਰਹਿਮੀ ਨਾਲ ਕਤਲ ਕਰ ਦਿੱਤਾ ਗਿਆ। ਹਵੇਲੀ 'ਚ ਬੈਠੇ ਦੇ ਉੱਤੇ ਅੰਨੇਵਾਹ ਗੋਲੀਆਂ ਚਲਾ ਦਿੱਤੀਆਂ ਗਈਆਂ, ਜਿਸ ਤੋਂ ਇਹ ਪਿੰਡ ਵਾਸੀ ਨਾਰਾਜ਼ ਨੇ। ਸੋ ਇੱਥੇ ਆਪ ਵਰਕਰ ਦੇ ਕਤਲ ਤੋਂ ਬਾਅਦ ਵੋਟਾਂ ਤੇ ਸਿੱਧਾ ਅਸਰ ਪੈ ਰਿਹਾ ਹੈ ਕਿ ਹੁਣ ਪਿੰਡ ਵਾਲੇ ਵੋਟ ਪਾਉਣ ਤੋਂ ਮਨਾ ਕਰ ਰਹੇ ਨੇ। ਚੋਣਾਂ ਦਾ ਮੁਕੰਮਲ ਤੌਰ ਤੇ ਪਿੰਡ ਵਾਸੀਆਂ ਦੇ ਵੱਲੋਂ ਬਾਈਕਾਟ ਕਰ ਦਿੱਤਾ ਗਿਆ ਹੈ। ਦੱਸਦੇ ਕਿ ਵੋਟਿੰਗ ਤੋਂ ਕੁਝ ਘੰਟੇ ਪਹਿਲਾਂ ਹੀ ਅਜਨਾਲਾ ਦੇ ਪਿੰਡ ਲੱਖੂਵਾਲ ਦੇ ਵਿੱਚ ਕੁਝ ਅਣਪਛਾਤੇ ਹਮਲਾਵਰਾਂ ਨੇ, ਜੋ ਮੋਟਰਸਾਈਕਲ ਤੇ ਸਵਾਰ ਹੋ ਕੇ ਆਏ ਸਨ, ਇੱਕ ਆਪ ਵਰਕਰ ਦੀਪਿੰਦਰ ਸਿੰਘ ਲੱਖੂਵਾਲੀਆ ਦਾ ਬੇਰਹਿਮੀ ਨਾਲ ਕਤਲ ਕਰ ਦਿੱਤਾ। ਉਸਦੇ ਦੋ ਸਾਥੀ ਵੀ ਬੁਰੀ ਤਰ੍ਹਾਂ ਜ਼ਖਮੀ ਹੋਏ, ਜਿਨ੍ਹਾਂ ਨੂੰ ਗੋਲੀਆਂ ਲੱਗੀਆਂ ਸੀ, ਹਸਪਤਾਲ 'ਚ ਜ਼ੇਰੇ ਇਲਾਜ ਨੇ। ਪਿੰਡ ਵਿੱਚ ਐਸੀ ਵਾਰਦਾਤ ਨੂੰ ਦੇਖਦਿਆਂ ਹੋਇਆਂ ਪਿੰਡ ਵਾਸੀਆਂ ਦੇ ਵੱਲੋਂ ਇੱਥੇ ਰੋਸ ਜ਼ਾਹਰ ਕੀਤਾ ਗਿਆ ਹੈ। ਉਹਨਾਂ ਦਾ ਕਹਿਣਾ ਹੈ ਕਿ ਵੋਟਾਂ ਦੇ ਨੇੜੇ ਜਿੱਥੇ ਸਖਤ ਸੁਰੱਖਿਆ ਹੁੰਦੀ ਹੈ ਤੇ ਇਸ ਵਿਚਾਲੇ ਅਜਿਹਾ ਹੋ ਜਾਣਾ ਕਿ ਪਿੰਡ ਦੇ ਵਿੱਚ ਵੜ ਕੇ ਹੀ ਪਿੰਡ ਦੇ ਹੀ ਇੱਕ ਨੌਜਵਾਨ ਦਾ ਕਤਲ ਕਰ ਦੇਣਾ ਸ਼ਰਮਨਾਕ ਹੈ, ਜਿਸ ਲਈ ਉਹ ਚੋਣਾਂ ਦਾ ਬਾਈਕਾਟ ਕਰ ਰਹੇ ਨੇ ਅਤੇ ਉਹਨਾਂ ਨੇ ਵੋਟ ਪਾਉਣ ਤੋਂ ਇਨਕਾਰ ਕਰ ਦਿੱਤਾ ਹੈ।